ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਇਸ ਵੀਡੀਓ ਦੇ ਵਿੱਚ ਬੱਚੇ ਨਾਨ ਬੋਰਡ ਕਲਾਸ 11th ਕਲਾਸ ਦੇ ਟਰਮ 1 ਦਾ ਸਿਲੇਬਸ ਜਿਹੜਾ ਆ ਅਫੀਸ਼ੀਅਲ ਵੈਬਸਾਈਟ ਤੇ ਬੱਚੇ ਅਪਲੋਡ ਹੋ ਚੁੱਕਾ ਆ ਸੋ ਪਿਛਲੇ ਕਾਫੀ ਦਿਨਾਂ ਤੋਂ ਬੱਚੇ ਕਾਫੀ ਪਾਰ ਜਿਹੜਾ ਆ ਫਰਸਟ ਔਰ ਸੈਕੰਡ ਟਰਮ ਦਾ ਜਿਹੜਾ ਆ ਅਪਲੋਡ ਹੋ ਗਿਆ ਸੀ ਬਟ ਮੈਡੀਕਲ ਸਟੂਡੈਂਟ ਜਿੱਦਾਂ ਕਿ ਕੈਮਿਸਟਰੀ ਬਾਇਓਲੋਜੀ ਫਿਜ਼ਿਕਸ ਇਕਨੋਮਿਕਸ ਜੀਓਗ੍ਰਾਫਿਕ ਜਨਰਲ ਪੰਜਾਬੀ ਜਨਰਲ ਇੰਗਲਿਸ਼ ਹਿਸਟਰੀ ਪੋਲੀਟੀਕਲ ਸਾਇੰਸ ਜਿੱਦ ਇਹਨਾਂ ਦੇ ਬੱਚੇ ਫਰਸਟ ਟਰਮ ਦੇ ਜਿਹ ਸੋ ਆਫੀਸ਼ੀਅਲੀ ਬੱਚੇ ਅੱਜ ਜਿਹੜਾ ਇਹ ਸਿਲੇਬਸ ਅਪਲੋਡ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਵੀ ਸਕਦੇ ਆ ssapunjab.org ਵੈਬਸਾਈਟ ਤੇ ਬੱਚੇ ਤੁਸੀਂ ਜਾ ਕੇ ਜਿਹੜਾ ਆਪਣਾ ਸਿਲੇਬਸ ਆ ਉਹ ਡਾਊਨਲੋਡ ਕਰ ਸਕਦੇ ਆ ਜਿੱਦਾਂ ਕਿ ਬੱਚੇ ਪਹਿਲੇ ਨੰਬਰ ਤੇ ਉਹਨਾਂ ਨੇ ਜਰਨਲ ਇਕਨੋਮਿਕਸ ਦੀ ਜਰਨਲ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਇਕਨੋਮਿਕਸ ਦਾ ਕੀ ਕੀ ਸਿਲੇਬਸ ਆਏਗਾ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਕੈਮਿਸਟਰੀ ਬਾਇਓਲੋਜੀ ਔਰ ਫਿਜ਼ਿਕਸ ਦਾ ਜਿਹੜਾ ਸਿਲੇਬਸ ਡਿਸਕਸ ਕਰਦੇ ਆਂ ਬਾਕੀ ਬੱਚੇ ਤੁਹਾਨੂੰ ਜਿਹੜਾ ਆ ਪੀਡੀਐਫ ਜਿਹੜਾ ਮੇਰੇ ਟੈਲੀਗ੍ਰam ਚੈਨਲ ਦੇ ਉੱਪਰ ਮਿਲ ਜੇਗਾ ਸੋ ਤੁਸੀਂ ਦੇਖ ਸਕਦੇ ਆ ਬੱਚੇ ਇੱਕ ਹੀ ਪੀਡੀਐਫ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਸਿਲੇਬਸ ਆ ਉਹ ਮੈਂਸ਼ਨ ਕੀਤਾ ਹੋਇਆ ਆ ਸੋ ਸਭ ਤੋਂ ਪਹਿਲਾਂ ਦੇਖੋ ਬੱਚੇ ਕੈਮਿਸਟਰੀ ਦਾ ਕਲਾਸ 11th ਦਾ ਜੋ ਸਿਲੇਬਸ ਆ ਤੁਹਾਡਾ ਚੈਪਟਰ ਨੰਬਰ 1 2 3 4 5 6 7 ਜਿਹੜਾ ਆ ਉਹ ਤੁਹਾਡੇ ਪੇਪਰ ਦੇ ਵਿੱਚ ਆਏਗਾ ਮਾਰਕਸ ਬੱਚੇ गिवन ਆ ਕਿ 5 5 ਮਾਰਕਸ ਦੇ ਕੁਐਸਚਨ ਹੋਣਗੇ ਟੋਟਲ 35 ਕੁਐਸਚਨਸ ਹੋਣਗੇ ਜਿਹਦੇ ਵਿੱਚ ਸਾਰੇ ਦੇ ਸਾਰੇ ਕੁਐਸਚਨਸ ਕੰਪਲਸਰੀ ਆ ਤੁਸੀਂ ਦੇਖ ਸਕਦੇ ਆ ਨੌਲੇਜ ਬੇਸਡ ਬਜੇ 36% ਅੰਡਰਸਟੈਂਡਿੰਗ ਬੇਸਡ 44 ਤੇ ਐਪਲੀਕੇਸ਼ਨ ਬੇਸਡ 20% ਜਿਹੜਾ ਆ ਤੁਹਾਡੇ ਪੇਪਰ ਦੇ ਵਿੱਚ ਆਏਗਾ देयर विल बी ਨੋ ਓਵਰਆਲ ਚੋਇਸ ਇਨ ਦਾ ਕੁਐਸਚਨ ਪੇਪਰ ਮਤਲਬ ਕੋਈ ਵੀ ਚੋਇਸ ਨਹੀਂ ਹੋਏਗੀ ਪੇਪਰ ਦੇ ਵਿੱਚ ਜਿਹੜੀ ਬੱਚੇ ਡਾਇਗਰਾਮ ਵਾਲੀ ਕੁਐਸਚਨਸ ਹੁੰਦੀਆਂ ਆ ਯਾ ਲੂਸ਼ਨ ਵਾਲੀ ਉਹ ਵਾਲੇ ਕੁਐਸਚਨ ਜਿਹੜੇ ਆ ਇਨਕਲੂਡ ਹੋਣਗੇ ਪੇਪਰ ਦੇ ਵਿੱਚ ਮਤਲਬ ਡਾਇਗਰਾਮ ਵਾਲੇ ਕੁਐਸਚਨਸ ਆ ਸਕਦੇ ਆ ਲੈਂਗੁਏਜ ਜਿਹੜੀ ਆ ਬਿਲਕੁਲ ਸਿੰਪਲ ਯੂਜ਼ ਕੀਤੀ ਜਾਏਗੀ ਨੈਕਸਟ ਬਾਇਓਲੋਜੀ ਦਾ ਪੇਪਰ ਹੈ ਬੱਚੇ ਬਾਇਓਲੋਜੀ ਦੇ ਵਿੱਚ ਤੁਸੀਂ ਯੂਨਿਟ 1 ਯੂਨਿਟ 2 ਯੂਨਿਟ 3 ਐਂਡ ਯੂਨਿਟ 4 ਮਤਲਬ ਟੋਟਲ 11 ਚੈਪਟਰ ਆ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਆਣਗੇ ਨੈਕਸਟ ਬੱਚੇ ਜਨਰਲ ਇੰਗਲਿਸ਼ ਦਾ ਦੇਖ ਸਕਦੇ ਆ ਸਿਲੇਬਸ ਜਨਰਲ ਇੰਗਲਿਸ਼ ਦੇ ਵਿੱਚ ਤੁਸੀਂ ਦੇਖ ਸਕਦੇ ਆ ਬੱਚੇ ਆਹ ਵਾਲੇ ਟੌਪਿਕਸ ਜਿਹੜੇ ਆ ਤੁਹਾਡੇ ਸਿਲੇਬਸ ਦੇ ਵਿੱਚ ਆਣਗੇ ਸੋ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਆ ਜਿਨ੍ਹਾਂ ਦਾ ਮੇਰੇ ਕੋਲ ਟੈਲੀਗ੍ਰam ਚੈਨਲ ਨਹੀਂ ਜਿਹੜੇ ਬੱਚਿਆਂ ਤੋਂ ਹੈਗਾ ਸੋ ਸਕਰੀਨਸ਼ਾਟ ਬੱਚੇ ਲੈ ਕੇ ਰੱਖ ਸਕਦੇ ਆ ਠੀਕ ਹੈ ਇੱਥੇ ਮਾਰਕਿੰਗ ਸਕੀਮ ਦਿੱਤੀ ਹੋਈ ਆ ਇੰਗਲਿਸ਼ ਦੀ ਕਿ ਕਿਸ ਤਰੀਕੇ ਨਾਲ ਤੁਹਾਡੇ ਜਿਹੜੇ ਪੇਪਰ ਆਣਗੇ ਟਰਮ 2 ਜਿਹੜਾ ਆ ਬੱਚੇ ਇੰਗਲਿਸ਼ ਦਾ ਉਹ ਵੀ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਕਿ ਟਰਮ 2 ਦੇ ਵਿੱਚ ਕੀ ਕੀ ਸਿਲੇਬਸ ਆਏਗਾ ਠੀਕ ਹੈ ਸੋ ਸੈਕੰਡ ਪਾਰਟ ਆ ਬੱਚੇ ਇਹੇ स्ट्रक्चर ऑफ क्वेश्चन पेपर दिता हुआ सटक्चर ऑफ क्वेश्चन पेपर क्लास फर्स्ट टर्म सैकेंड सो बच्चे सारा इंग्लिश का आ दैन जियोग्राफिक का देख सकते दैन एस एस ए बच्चे हिस्टरी का पेपर है हिस्टरी का सिलेबस मैनशन किया हो नैक्सट बच्चे फिजिक्स का पेपर देख लो जो कि मेरा अपना सबजैक्ट है फिजिकल वर्ल्ड बच्चे चैप्टर नंबर वन इतने जीरो मार्क्स लिखा हुआ मतलब ये कोई भी क्वेश्चन नहीं आएगा ਸੈਕੰਡ ਚੈਪਟਰ ਯੂਨਿਟ ਐਂਡ ਮੈਜ਼ਰਮੈਂਟਸ ਪਰ ਜਿਹਦੇ ਵਿੱਚੋਂ 6 ਮਾਰਕਸ ਦੇ ਐਮਸੀਕਿਊਜ਼ ਆਣਗੇ ਦੈਨ ਮੋਸ਼ਨ ਇਨ ਅ ਸਟ੍ਰੇਟ ਲਾਈਨ ਇਹਦੇ ਵਿੱਚ 4 ਮਾਰਕਸ ਦਾ ਕੁਐਸਚਨ ਆਏਗਾ ਮੋਸ਼ਨ ਇਨ ਅ ਪਲੇਨ ਦੇ ਵਿੱਚੋਂ 6 ਮਤਲਬ ਟੋਟਲ 10 ਮਾਰਕਸ ਦਾ ਸੈਕੰਡ ਯੂਨਿਟ ਦੇ ਵਿੱਚੋਂ ਤੁਹਾਡਾ ਪੇਪਰ ਆਏਗਾ ਨੈਕਸਟ ਆ ਲਾਜ਼ ਆਫ ਮੋਸ਼ਨ ਜਿਹਦੇ ਵਿੱਚ ਨਿਊਟਨਸ ਲਾਅ ਆਏ ਠੀਕ ਹੈ ਉਹ ਆਏਗਾ 6 ਮਾਰਕਸ ਦੇ ਐਮਸੀਕਿਊਜ਼ ਆਣਗੇ ਮਤਲਬ ਟੋਟਲ 6 ਮਾਰਕਸ ਦਾ ਹੋਏਗਾ 4th ਯੂਨਿਟ ਆ ਬੱਚੇ ਚੈਪਟਰ ਨੰਬਰ 6 ਆ ਵਰਕ એનર્ਜੀ ਪਾਵਰ ਉਹਦੇ ਵਿੱਚੋਂ 7 ਐਮਸੀਕਿਊਜ਼ ਆਣਗੇ 5th ਚੈਪਟਰ ਆ ਬੱਚੇ ਸਿਸਟਮ ਆਫ ਪਾਰਟਿਕਲਸ ਐਂਡ ਰੋਟیشنل ਮੋਸ਼ਨ ਇਹਦੇ ਵਿੱਚੋਂ 6 ਐਮਸੀਕਿਊਜ਼ ਆਣਗੇ ਸੋ 35 ਮਾਰਕਸ ਦਾ ਬੱਚੇ ਪੇਪਰ ਹੋਈਗਾ ਸਾਰੇ ਦੇ ਸਾਰੇ ਕੁਐਸਚਨਸ ਕੰਪਲਸਰੀ ਹੋਣਗੇ ਠੀਕ ਹੈ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਸੋ ਨੈਕਸਟ ਬੱਚੇ ਦੇਖ ਲਓ ਪੋਲਿਟੀਕਲ ਸਾਇੰਸ ਆ ਪੋਲਿਟੀਕਲ ਸਾਇੰਸ ਵਾਲੇ ਬੱਚੇ ਆਪਣਾ ਸਿਲੇਬਸ ਚੈੱਕ ਕਰ ਸਕਦੇ ਆ ਠੀਕ ਹੈ ਸਕਰੀਨਸ਼ਾਟ ਲੈ ਲਓ ਬੱਚੇ ਇਹਦਾ ਪਾਜ਼ ਕਰਕੇ ਇਹ ਸੈਕਿੰਡ ਟਰਮ ਆ ਬੱਚੇ ਸੈਕਿੰਡ ਟਰਮ ਦਾ ਪੇਪਰ ਸੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੋ ਪਾਰਟਸ ਦੇ ਵਿੱਚ ਤੁਹਾਡਾ ਜਿਹੜਾ ਆ ਇਸੇ ਤਰੀਕੇ ਨਾਲ ਤੁਹਾਡਾ ਜਿਹੜਾ ਸਿਲੇਬਸ ਆ ਡਿਵਾਈਡ ਕੀਤਾ ਗਿਆ ਆ ਡਨ ਸੋ ਵੀਡੀਓ ਨੂੰ ਲਾਈਕ ਕਰ ਦੇਣਾ ਬੱਚੇ ਸਾਰੇ ਫਰੈਂਡਸ ਤੱਕ ਆਪਣੇ ਸ਼ੇਅਰ ਕਰ ਦੇਣਾ ਤਾਂ ਕਿ ਸਾਰਿਆਂ ਨੂੰ ਸਿਲੇਬਸ ਮਿਲ ਸਕੇ ਤੇ ਚੈਨਲ ਤੇ ਅਗਰ ਫਸਟ ਟਾਈਮ ਆਇਆ ਹੋ ਤਾਂ ਬੱਚੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ